पिछे माई है भी अगे बाबा है। बड़ा सोना क्या हाल चाल है। मैं ठीक ठाक, उम्मीद करती हूँ कि आप सब भी ठीक ठाक होंगे, जहाँ भी रहे खुश रहे, आबाद रहे, हंसते और मुस्कुराते रहे। ये मेरा आज का व्लॉग रहेगा बहन भाई, हमारे साथ साथ जो भी रूटीन होगा, घर का काम होएगा, सब बहन भाई ने शेयर करेंगे। अल्लाह ताला सब अपने ईमान च रखे, आमीन। सब तो अल्लाह ताला अपनी रहमत बनाई रखे। जो तो बहन भाई परेशान है, अल्लाह ताला सब परेशान दूर करे। जो बीमार ने, अल्लाह ताला सेहत तंदुरुस्ती दे। जिन्हें औलाद नहीं है, अल्लाह ताला नेक साले औलाद दे। तो जी इस नेक दुआ ना असं करते हैं अपने वीडियो का आगाज़। तो जी असं जा रहे हूँ बाहर। मैं क्या बड़ी गर्मी, काफ़ी गर्मी सी, और मैं क्या जरा बाहर चलते, बाहर जरा फिर के आने। दरबार से मेला लगे, लेकिन मेला तो खत्म हो गया है, झूले हजे लगे हुए। मैं क्या चलो अब जाने फिर के आने, झूले देख के आने। ये देखे जी असी आए जी तूत वाले दरबार से। इधर नहर और इधर झूले लगे हुए ने, बच्चे झूले लै रहे ने। मैं कहा जी फिर तुर के आने, और मेला तो खत्म हो गया, बाबे का मेला लगे हुआ सी, बस चक्कर लगा ही नहीं है। तो भी सही नहीं है, बाहर की नहर बाजार लग्या है, घोड़ी गड्डी है, साडा बकरा भी नाल नाल। मैं आगे सेन बेच बकरा बोली जा रहा सी कि मैं कल्ला आया, क्योंकि बच्चे बर्फ लैन गए से। मैं कल आओ गर्मी है और पानी पीने जी। उत्थे भी बहुत ज़्यादा गर्मी सी, काफ़ी हरियाली सी, अपना पैलियाँ सी, और काफ़ी सेक सी गर्मी का ना, बहुत ज़्यादा ही, और सब्जियाँ वगैरह भी लगिया हुई सी।
ਇਹ ਕਿ ਹਰ ਸਾਲ ਬਾਅਦ ਮੇਲਾ ਲੱਗਦਾ ਹੈ ਔਰ ਹਰ ਸਾਲ ਜਾਈਦਾ ਹੈ ਔਰ ਐਵੇਂ ਬੱਚੇ ਜ਼ਰਾ ਘੁੰਮ ਫਿਰ ਆਉਂਦੇ ਨੇ ਔਰ ਲੰਗਰ ਸ਼ੰਗਰ ਵੀ ਖਾ ਕੇ ਆਈਦਾ ਹੈ ਜੀ ਲੇਕਿਨ ਐਰਕੀ ਨਹੀਂ ਖਾ ਕੇ ਆਏ ਕਿਉਂਕਿ ਐਰਕੀ ਟਾਈਮ ਹੀ ਖਤਮ ਹੋ ਗਿਆ ਸੀ ਚਲੋ ਜਿਹੜੇ ਚੀਜ਼ਾਂ ਆਏ ਸੀ ਉਹ ਬੱਚੇ ਦੇਖ ਆਏ ਨੇ ਔਰ ਘੁੰਮ ਫਿਰ ਆਏ ਕਹਿ ਰਹੇ ਸੀ ਜਾਣਾ ਵਾ ਔਰ ਮੈਂ ਵੀ ਕਹਿ ਰਹੀ ਚਲੋ ਹੋ ਕੇ ਆਉਂਦੇ ਹਾਂ ਜੀ ਔਰ ਫਿਰ ਗਏ ਹਾਂ ਜੀ ਅੱਜ ਹੋ ਕੇ ਆਏ ਹਾਂ ਔਰ ਸੈਰ ਘਰ ਆਏ ਹਾਂ ਨਾਲੇ ਸ਼ਾਮ ਦਾ ਟਾਈਮ ਸੀ ਮੈਂ ਕਿਹਾ ਜ਼ਰਾ ਹਵਾ ਚੱਲੇਗੀ ਸਕੂਨ ਹੋਏਗਾ ਲੇਕਿਨ ਇਹ ਬਹੁਤ ਉੱਥੇ ਵੀ ਜ਼ਿਆਦਾ ਗਰਮੀ ਸੀ ਔਰ ਤੁਰਦੇ ਤੁਰਦੇ ਗਏ ਔਰ ਤੁਰਦੇ ਤੁਰਦੇ ਆ ਗਏ ਵਾਪਸ ਕਿਉਂਕਿ ਸਾਡੇ ਘਰ ਤੋਂ ਨਜ਼ਦੀਕ ਹੀ ਹੈ ਸਾਡੇ ਘਰ ਦੇ ਨਾਲ ਨਹਿਰ ਹੈ ਨਹਿਰ ਟੱਪ ਕੇ ਉਹ ਨਾਲ ਜੀ ਦਰਬਾਰ ਹੈ ਕਦੀ ਕਿਤੇ ਚੱਕਰ ਲੱਗਦਾ ਹੈ ਜਿਵੇਂ ਹੁਣ ਵੀ ਜਾਂ ਮੇਲੇ 'ਤੇ ਗਏ ਹਾਂ ਹੁਣ ਜਾਂ ਵੈਸੇ ਕਦੀ ਵੀ ਕੋਈ ਜੁੰਮੇ ਰਾਤ ਹੋ ਗਈ ਔਰ ਚਲੇ ਗਏ ਅਤੇ ਘਰਾਂ 'ਚੋਂ ਟਾਈਮ ਨਹੀਂ ਲੱਗਦਾ ਜਾਇਆ ਹੀ ਨਹੀਂ ਜਾਂਦਾ ਐ ਆਨੇ ਬਹਾਨੇ ਬੰਦਾ ਹੈ ਵੀ ਚਲੋ ਹੋ ਆਉਂਦਾ ਹੈ ਮਾਸ਼ਾਅੱਲਾ ਜੀ ਮੈਂ ਬਣਾ ਰਹੀ ਚਾਏ ਮਹਿਮਾਨ ਆਏ ਨੇ ਭਾਈ ਆਏ ਨੇ ਜਿਹੜੇ ਦੁਬਈ 'ਚੋਂ ਆਏ ਸੀ ਔਰ ਛੁੱਟੀਆਂ ਖਤਮ ਹੋ ਗਈਆਂ ਹੁਣ ਉਹ ਜਾ ਰਹੇ ਜੀ ਵਾਪਸ ਔਰ ਮਿਲਣ ਵਾਸਤੇ ਆਏ ਸੀ ਔਰ ਚਾਏ ਮਾਸ਼ਾਅੱਲਾ ਜੀ ਦੇਖੇ ਜੀ ਪੱਕਦੀ ਪਈ ਹੈ ਉਬਾਲੇ ਖਾ ਰਹੀ ਹੈ ਆ ਜੇ ਜਿਸ ਭੈਣ ਭਾਈ ਨੇ ਚਾਏ ਪੀਣੀ ਹੈ ਸਾਡੇ ਨਾਲ ਆ ਕੇ ਪੀ ਸਕਦੇ ਨੇ ਔਰ ਮੈਂ ਆਪਣੇ ਵਾਸਤੇ ਬਣਾਏ ਸੀ ਕਿਉਂਕਿ ਪੈਦਲ ਗਏ ਪੈਦਲ ਆਏ ਔਰ ਉੱਥੇ ਵੀ ਫਿਰਦੇ ਤੁਰਦੇ ਰਹੇ ਔਰ ਥੱਕ ਗਏ ਸੀ ਮੈਂ ਕਿਹਾ ਚਲੋ ਮੈਂ ਵੀ ਚਾਏ ਪੀਂਦੀ ਹਾਂ ਜ਼ਰਾ ਥਕਾਵਟ ਦੂਰ ਹੋ ਜਾਏਗੀ ਔਰ ਵੈਸੇ ਵੀ 2-3 ਦਿਨ ਹੋ ਗਏ ਮੈਨੂੰ ਬੁਖਾਰ ਬਹੁਤ ਤੇਜ਼ ਸੀ ਤੇਜ਼ ਰਿਹਾ ਹੈ ਔਰ ਦਵਾਈ ਵੀ ਲਿਆਉਂਦੀ ਹੈ ਲੇਕਿਨ ਫਰਕ ਨਹੀਂ ਪਿਆ ਪਤਾ ਨਹੀਂ ਕੀ ਮਸਲਾ ਹੈ ਪਤਾ ਨਹੀਂ ਮੌਸਮ ਚੇਂਜ ਹੁੰਦਾ ਉਹਦੀ ਵਜ੍ਹਾ ਤੋਂ ਹੈ ਔਰ ਐਵੇਂ ਜਿਵੇਂ ਜਿਸਮ 'ਚ ਦਰਦ ਔਰ ਥਕਾਵਟ ਥਕਾਵਟ ਚਲੋ ਮੈਂ ਕਿਹਾ ਮੈਂ ਵੀ ਚਾਏ ਪੀਂਦੀ ਹਾਂ ਔਰ ਮਹਿਮਾਨਾਂ ਨੂੰ ਵੀ ਦੇ ਦਿੰਦੇ ਹਾਂ ਜੀ ਦੁਬਈ 'ਚੋਂ ਆਏ ਨੇ ਉਹਨਾਂ ਜਾਣਾ ਸੀ ਵਾਪਸ ਕਹਿੰਦੇ ਸੀ ਮੇਲ ਕੇ ਲਾਈਏ ਬੱਚਿਆਂ ਨੂੰ ਚਲੋ ਮੈਂ ਕਿਹਾ ਜੀ ਭਾਈ ਤੁਹਾਡੀ ਮਿਹਰਬਾਨੀ ਸਾਨੂੰ ਯਾਦ ਰੱਖਿਆ ਅੱਜ ਮੈਂ ਆਇਆ ਸੀਗਾ ਭਾਈ ਕੋਲ ਮੈਂ ਆਖਿਆ ਮਿਲ ਜਾਈਏ ਜਾਂਦੇ ਜਾਂਦੇ ਭਾਈ ਨੇ ਕਹਿਣਾ ਫਿਰ ਬਈ ਤੂੰ ਆਇਆ ਨਹੀਂ ਜਾਂਦੇ ਵੀ ਮਿਲਣ ਗਿਆ ਮੈਂ ਬੱਚਿਆਂ ਵਾਸਤੇ ਇੱਕ ਨਵਾਂ ਤੋਹਫਾ ਲੈ ਕੇ ਆਇਆ ਲੋ ਬੱਚੋ ਫਿਰ ਤੁਸੀਂ ਕੀ ਯਾਦ ਕਰੋਗੇ ਇਹ ਆ ਲੋ 75 ਦਾ ਨਵਾਂ ਨੋਟ ਨਿਕਲਿਆ ਇਹ ਆ ਲੋ ਇਹ 13 ਅਤੇ ਇਹ 13 ਤੁਹਾਨੂੰ ਨਹੀਂ ਮਿਲਣੇ ਕਦੇ ਤੁਸੀਂ ਕਹੋ ਤੁਹਾਨੂੰ ਵੀ ਮਿਲਣੇ ਨੇ ਇਹ ਬੱਚਿਆਂ ਦੇ ਨੇ ਇਹ ਹੁਣ ਦੁਬਈ ਜਾਵਾਂਗਾ ਉੱਥੇ ਉਹਨਾਂ ਨੂੰ ਵਿਖਾਵਾਂਗਾ ਵੇਖੋ ਦੁਬਈ ਦੇ ਨਵੇਂ ਨੋਟ ਆਏ ਨੇ ਪਾਕਿਸਤਾਨ ਦੇ 75 ਦਾ ਨਵਾਂ ਪਹਿਲੇ ਵਾਲਾ ਨਾ ਉਹ ਬੰਦ ਕਰ ਦਿੱਤਾ ਉਹ ਲੈਂਦਾ ਹੀ ਨਹੀਂ ਸੀ ਕੋਈ ਇਹ ਹੁਣ ਕਾਪੀ ਲਈਏ ਅੱਧੀ ਕਾਪੀ ਕੋਈ ਕਹਿੰਦਾ ਮੈਨੂੰ ਦੇ ਦੇ ਕੋਈ ਕਹਿੰਦਾ ਮੈਨੂੰ ਦੇ ਦੇ ਮੈਂ ਕਿਹਾ ਚਲੋ ਠੀਕ ਹੈ ਬਾਕੀ ਅੱਧੇ ਬਚ ਗਿਆ ਕਿਸੇ ਨੂੰ ਵਿਖਾਉਣਾ ਨਹੀਂ ਹੁਣ ਇਹ ਮੈਂ ਦੁਬਈ ਜਾ ਕੇ ਉੱਥੇ ਚਲਾਉਣੇ ਆ ਉੱਥੇ ਦੋਸਤਾਂ ਨੂੰ ਸਾਈਆਂ ਨੂੰ ਦੇਵਾਂਗਾ ਉਹਨਾਂ ਵਾਸਤੇ ਲਈ ਸੀ ਕਾਪੀ ਮੈਂ ਬੈਂਕ ਗਿਆ ਸੀਗਾ ਅਚਾਨਕ ਨਾ ਆਏ ਸੀਗੇ ਮੈਂ ਕਿਹਾ ਮੈਨੂੰ ਕਾਪੀ ਤੋਂ ਦਿੰਦੇ ਨਹੀਂ ਸੀ ਬੜੇ ਔਖੇ ਲੈ ਮੈਂ ਕਿਹਾ ਮੈਂ ਬੈਂਕ ਕੌਣ ਖਤਮ ਕਰ ਦੇਣਾ ਉਹਨੇ ਕਿਹਾ ਲੋ ਭਾਈ ਜੀ ਤੁਸੀਂ ਲਓ ਉਹ ਡਰ ਕਿਉਂ ਦੇ ਦਿੱਤਾ दो लंबर नोट दे सकता चाचू चला तू बई ठीक है ना बाकी तंग ना कर मम्मी अपू ठीक है ਪਹਿਲੇ ਜਿਹੜੇ ਨੋਟ ਸੀ ਨਾ ਉਹ ਬਿਲਕੁਲ ਹੀ ਜਾਲੀ ਲੱਗਦੇ ਸੀ ਕਲਰ ਵੀ ਉੱਤੇ ਸਬਜ਼ ਰੰਗ ਦਾ ਸੀ ਇਹ ਕੁਛ ਲੱਗਦਾ ਫਿਰ ਵੀ ਅਸਲ ਹੈ ਵਾ ਉਹ ਚਾਹ ਚਾਹ ਉਹ ਤੇ ਬਾਬੇ ਪਾਤੇ ਸੀ ਕਿਸੇ ਉਹ ਸਮਝ ਨਹੀਂ ਆਉਂਦੀ ਸੀ ਕਿਸੇ ਨੂੰ ਪੂਰੀ ਫੈਮਿਲੀ ਬਿਠਾਤੀ ਸੀ ਹਾਂ ਹੁਣ ਇਹ ਵੇਖੋ ਅੱਗੇ ਬਾਬਾ ਪਿੱਛੇ ਬਾਬੀ ਇਹ ਵੇਖੋ ਪਿੱਛੇ ਮਾਈ ਅੱਗੇ ਪਿੱਛੇ ਮਾਈ ਹੈ ਵੀ ਅੱਗੇ ਬਾਬਾ ਹੈ ਬੜਾ ਸੋਹਣਾ ਮਾਸ਼ਾਅੱਲਾ ਨੋਟ ਬਣਾਇਆ ਹੈ ਇਹ 200 ਵਾਲਾ ਵੀ ਬਣਾਇਆ ਨੇ ਉਹ ਐਵੇਂ ਹੈ ਬਿਲਕੁਲ ਦੁਬਈ ਦਾ 200 ਦਾ ਨੋਟ ਨਾਲ ਸੇਮ ਉਹਦਾ ਸੇਮ ਹੈ ਪਿਆ ਦੁਬਈ ਦਾ ਨੋਟ ਅਤੇ ਪਾਕਿਸਤਾਨ ਦਾ ਜਿਹੜਾ 200 ਦਾ ਨੋਟ ਹੈ ਉਹ ਸੇਮ ਹੈ ਪਿਆ ਪਰ ਉਹਦਾ ਤਾਂ ਬਾਬਾ ਕਾਇਦੇ ਆਜ਼ਮ ਹੈ ਉਹਦੇ ਉੱਤੇ ਆਪਣਾ ਉੱਥੋਂ ਦੀ ਦੁਬਈ ਦੀ ਲਿਖੀ ਹੋਈ ਹੈ ਬਣੀ ਹੋਈ ਹੈ ਤਸਵੀਰ ਦੁਬਈ ਦਾ ਸੇਮ ਬਣਿਆ ਔਰ ਉਹ ਦੇ ਗਏ ਬੱਚਿਆਂ ਨੂੰ ਪੈਸੇ ਦੇ ਗਏ ਨਵੇਂ ਨੋਟ ਜਿਹੜੇ ਨਿਕਲੇ ਕਰੰਸੀ ਨਿਕਲੀ ਹੈ ਇਕਰਾ ਔਰ ਮਨੀਪ ਨੂੰ ਪੈਸੇ ਵੀ ਦੇ ਗਏ ਔਰ ਸਾਨੂੰ ਨਾਲ ਦੇ ਗਏ ਜੀ ਅੰਬਾਂ ਦੀ ਭੇਜਤੀ ਇਹ ਦੇਖੀ ਜੀ ਮਾਸ਼ਾਅੱਲਾ ਜੀ ਮੋਹਰਾਂ ਲੱਗੀਆਂ ਹੋਈਆਂ ਜੀ ਅੰਬਾਂ ਦੇ ਅੱਲਾਹ ਤਾਲਾ ਨਾ ਤੰਦਰੁਸਤੀ ਦੇਵੇ ਸਿਹਤ ਦੇਵੇ ਖੈਰ ਖੈਰਾਂ ਨਾਲ ਆਪਣਾ ਜਾਣ ਉਹ ਜੀ ਦੇਸ਼ ਪ੍ਰਦੇਸ਼ ਕੱਢਣਾ ਬੜਾ ਹੀ ਔਖਾ ਹੈ ਕੋਈ ਆਸਾਨ ਗੱਲ ਨਹੀਂ ਹੈਗੀ ਉਹ ਆਪਣੇ ਬੱਚਿਆਂ ਦੇ ਰੋਜ਼ੀ ਵਾਸਤੇ ਜਾਣਾ ਪੈਂਦਾ ਹੈ ਬੰਦੇ ਨੂੰ ਕਈ ਕਹਿ ਦਿੰਦੇ ਆ ਕਿ ਲੈ ਇੱਥੋਂ ਚੀਜ਼ ਫੜ ਗਏ ਤੇ ਪਤਾ ਨਹੀਂ ਵੀਡੀਓ ਬਣਾਉਣ ਦੀ ਖਾਤਰ ਐਵੇਂ ਕਰਦੇ ਨੇ ਅੱਲਾ ਮਾਫੀ ਦੇਵੇ ਇਹ ਚੀਜ਼ ਨਹੀਂ ਹੈ ਜੋ ਹਕੀਕਤ ਆ ਅਸੀਂ ਆਪਣੇ ਭੈਣ ਭਰਾਵਾਂ ਨੂੰ ਉਹ ਹੀ ਦੱਸਦੇ ਹਾਂ ਅਤੇ ਸਾਡੇ ਕੋਲ ਨਹੀਂ ਇੰਨੀ ਹੈ ਕਿ ਅਸੀਂ ਪੇਟੀ ਲੈ ਸਕੀਏ ਭਲਾ ਵੇ ਉਸ ਭਰਾ ਸਾਡੇ ਦਾ ਕਿ ਸਾਨੂੰ ਪੇਟੀ ਲੈ ਕੇ ਦੇ ਗਿਆ ਔਰ ਬੱਚੇ ਖਾਣਗੇ ਔਰ ਆਪਣੇ ਚਾਚੂ ਨੂੰ ਜੀ ਯਾਦ ਕਰਨਗੇ ਔਰ ਅਸੀਂ ਆਪਣੇ ਭਰਾ ਨੂੰ ਯਾਦ ਕਰਾਂਗੇ ਲੇਕਿਨ ਗੱਲਾਂ ਕਰਨ ਵਾਲੇ ਕਰਦੇ ਨੇ ਅੱਲਾ ਤਾਲਾ ਹਿੰਮਤ ਦੇਵੇ ਔਰ ਕਰੀ ਜਾਣ ਕੋਈ ਫਰਕ ਨਹੀਂ ਪੈਂਦਾ ਮਹਿਮਾਨ ਚਲੇ ਗਏ ਸੀ ਔਰ ਚਾਹੇ ਸਭ ਨੇ ਪੀ ਲਈਏ ਔਰ ਮੈਂ ਕਿਹਾ ਮੈਂ ਉਹ ਧੋਨੇ ਜੀ ਬਰਤਨ ਉਹ ਜਿਹੜਾ ਘਰ ਦਾ ਕੰਮ ਕਰਦੇ ਆ ਉਹ ਕਰਦੇ ਆ ਜੀ ਸ਼ਾਮ ਦੇ ਖਾਣੇ ਦੀ ਤਿਆਰੀ ਸੋਚਦੇ ਆ ਜੀ ਕੀ ਪਕਾਉਣਾ ਹੈ ਅੱਜ
भैन भाइए फिर मिलेंगे अच्छे जे ब्लॉग लैके। तो साड़ी वीडियो पसंद आए तो लाइक कीजिए, शेयर कीजिए, सब्सक्राइब कीजिए, वीडियो साड़ी फॉलो वाच कीजिए। जो जो भी भैन भाई सानू पाकिस्तान इंडिया बरौने ममालक तो देखते पे उन्होंने सब नू अस्सलामुअलैकुम। पाकिस्तान जिंदाबाद। अल्लाह हाफिज।